ਕਨੇਡਾ ਤੋਂ ਜਿਹੜੇ 6 ਮੋਟਰਸਾਈਕਲ ਸਵਾਰ ਨੇ ਉਹ ਵਿਸ਼ਵ ਯਾਤਰਾ 'ਤੇ 3 ਅਪ੍ਰੈਲ ਨੂੰ ਨਿਕਲੇ ਸੀ। ਅੱਜ ਉਹ ਗੁਰੂ ਰਾਮਦਾਸ ਦੀ ਪਵਿੱਤਰ ਧਰਤੀ ਸ਼੍ਰੀ ਅੰਮ੍ਰਿਤਸਰ ਸਾਹਿਬ 'ਤੇ ਪ੍ਰਵੇਸ਼ ਕਰਨ ਲਈ ਆ ਰਹੇ ਨੇ। ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਉਹਨਾਂ ਨੂੰ ਜੀਆਂ ਆਖਣ ਲਈ ਇੱਥੇ ਪਹੁੰਚੇ ਹਾਂ। ਇਹ ਉਹ ਸਿੱਖ ਨੌਜਵਾਨ ਨੇ 6 ਜਿਨ੍ਹਾਂ ਨੇ ਕੈਨੇਡਾ ਦੀ ਧਰਤੀ 'ਤੇ ਦਸਤਾਰ ਨਾਲ ਮੋਟਰਸਾਈਕਲ ਚਲਾਉਣ ਦੀ ਆਗਿਆ ਲਈ, ਪਰਮਿਸ਼ਨ ਲਈ ਅਤੇ ਫਿਰ ਵਿਸ਼ਵ ਯਾਤਰਾ 'ਤੇ ਨਿਕਲੇ। ਵਿਸ਼ਵ ਯਾਤਰਾ 'ਤੇ ਆਉਣ ਦਾ ਇਹਨਾਂ ਦੇ 2 ਮੰਤਵ ਨੇ। ਇੱਕ ਤਾਂ ਗੁਰੂ ਨਾਨਕ ਦੀ ਵਿਚਾਰਧਾਰਾ, ਜਿਹੜਾ ਕਿਰਤ ਕਰੋ ਨਾਮ ਜਪੋ ਵੰਡ ਛਕੋ। ਦੂਸਰਾ, ਸਰਬੱਤ ਦੇ ਭਲੇ ਦੀ ਵਿਚਾਰਧਾਰਾ ਦੇ ਪ੍ਰਚਾਰ ਪ੍ਰਸਾਰ ਵਾਸਤੇ, ਸਿੱਖੀ ਦੀ ਖੁਸ਼ਬੂਈ ਨੂੰ ਵਿਸ਼ਵ 'ਚ ਵੰਡਣ ਵਾਸਤੇ। ਇਹਨਾਂ ਦੇ ਵਿਸ਼ਵ ਯਾਤਰਾ ਦੇ ਨਾਲ ਦੁਨੀਆ ਦੇ ਵਿੱਚ ਇਹ ਜਿਹੜੇ 22 ਦੇਸ਼ਾਂ ਦੀ ਇਹਨਾਂ ਨੇ ਯਾਤਰਾ ਕੀਤੀ ਆ, ਇਹਨਾਂ ਦੇਸ਼ਾਂ ਦੇ ਵਿੱਚ ਕੁਐਸਚਨ ਪੈਦਾ ਹੋਇਆ ਕਿ ਇਹ 6 ਨੌਜਵਾਨ ਦਸਤਾਰਾਂ ਵਾਲੇ ਕੌਣ ਨੇ। ਅਤੇ ਜਦੋਂ ਉਹਦਾ ਉੱਤਰ ਮਿਲਦਾ ਵਾ ਤਾਂ ਇਹਦੇ ਨਾਲ ਸਿੱਖੀ ਦੀ ਜਿਹੜੀ ਪਹਿਚਾਣ ਆ, ਸਿੱਖੀ ਦਾ ਸਰੂਪ ਆ, ਸਿੱਖੀ ਦੀ ਵਿਲੱਖਣ ਹੋਂਦ ਦੱਸਦੀ ਆ, ਉਹਦੀ ਗੱਲ ਦੁਨੀਆ ਭਰ ਵਿੱਚ ਗਈ ਆ। ਮੈਂ ਇਹਨਾਂ ਨੌਜਵਾਨਾਂ ਨੂੰ ਵਧਾਈ ਵੀ ਦਿੰਦਾ ਕਿ ਇਹਨਾਂ ਨੇ ਬਹੁਤ ਵੱਡੀ ਘਾਲਣਾ ਘਾਲ ਕੇ, ਕਿਉਂਕਿ 22 ਦੇਸ਼ਾਂ ਦਾ ਸਫ਼ਰ ਕਰਦੇ ਹਾਂ, ਬਹੁਤ ਸਾਰੀਆਂ ਤੰਗੀਆਂ ਤੁਰਸ਼ੀਆਂ ਦਾ ਸਾਹਮਣਾ ਕਰਨਾ ਪੈਂਦਾ ਵਾ। 22 ਦੇਸ਼ਾਂ ਦੀਆਂ ਸਰਹੱਦਾਂ 'ਚ ਐਂਟਰ ਕਰਨਾ, ਫਿਰ ਵਾਪਸ ਆਉਣਾ, ਫਿਰ ਮੌਸਮਾਂ ਦੇ ਨਾਲ ਜੂਝਣਾ ਪਿਆ। ਉਹ ਜੂਝਦੇ ਹੋਏ ਇਹ ਨੌਜਵਾਨ ਜਿਹੜੇ ਨੇ ਇੱਥੇ ਪਹੁੰਚ ਰਹੇ ਨੇ। ਇਹਨਾਂ ਦਾ ਮੰਤਵ ਇੱਕ ਹੋਰ ਵੀ ਆ ਕਿ ਜਿਹੜੀ ਖਾਲਸਾ ਏਡ ਜਥੇਬੰਦੀ ਆ, ਜਿਹੜੀ ਦੁਨੀਆ ਭਰ ਦੇ ਵਿੱਚ ਜਿੱਥੇ ਵੀ ਕੋਈ ਨੈਚੁਰਲ ਕਲਾਇਮਿਟੀ ਆਉਂਦੀ ਆ ਉੱਥੇ ਸਹਾਇਤਾ ਲਈ ਪਹੁੰਚਦੇ ਨੇ। ਉਹ ਮਾਨਵਤਾ ਦੇ ਭਲੇ ਲਈ ਫੰਡ ਇਕੱਠਾ ਕਰਨਾ ਅਤੇ ਖਾਲਸਾ ਏਡ ਰਾਹੀਂ ਜਿਹੜੇ ਦੁਖੀ ਲੋਕ ਨੇ, ਪੀੜਿਤ ਲੋਕ ਨੇ, ਉਹਨਾਂ ਤੱਕ ਉਹ ਸਹਾਇਤਾ ਪਹੁੰਚਾਈ ਜਾ ਸਕੇ। ਤੁਸੀਂ ਪਿਛਲੇ ਸਮੇਂ 'ਚ ਦੇਖਿਆ ਕਿ ਖਾਲਸਾ ਏਡ ਵਾਲੇ ਜੇ ਕਿਤੇ ਭੂਚਾਲ ਆ ਜਾਂਦਾ, ਤੂਫਾਨ ਆ ਜਾਂਦਾ, ਲੜਾਈ ਲੱਗ ਜਾਂਦੀ ਆ ਜਾਂ ਕੋਈ ਬਿਮਾਰੀ ਫੈਲ ਜਾਂਦੀ ਆ, ਤਾਂ ਉੱਥੇ ਪਹੁੰਚ ਕੇ ਸਿੱਖੀ ਸਰੂਪ ਦੇ ਵਿੱਚ ਮਨੁੱਖਤਾ ਦੀ ਸੇਵਾ ਜਿਹੜੀ ਉਹ ਕਰਦੇ ਨੇ। ਇਹ ਸੇਵਾ ਦਾ ਭਾਵਨਾ ਜਿਹੜਾ ਉਹ ਰੈੱਡ ਕ੍ਰਾਸ ਨਾਲੋਂ ਵੀ ਉੱਪਰਿਆ, ਕਿਉਂਕਿ ਰੈੱਡ ਕ੍ਰਾਸ ਜਿਹੜੀ ਹੁੰਦੀ ਆ ਉਹ ਆਪਣੇ ਫੌਜੀਆਂ ਵਾਸਤੇ ਹੁੰਦੀ ਆ, ਆਪਣੇ ਦੇਸ਼ ਦੀ ਸਰਕਾਰ ਵਾਸਤੇ ਹੁੰਦੀ ਆ, ਆਪਣੇ ਲੋਕਾਂ ਲਈ ਹੁੰਦੀ ਆ। ਪਰ ਇਹ ਲੋਕ ਬਿਨਾਂ ਆਪਣੇ ਪਰਾਏ ਦੇ, ਦੁਸ਼ਮਣ ਮਿੱਤਰ ਦੇ ਸਭ ਦੀ ਸੇਵਾ ਕਰਦੇ ਨੇ। ਇਸ ਵਾਸਤੇ ਇਹਨਾਂ ਲੋਕਾਂ ਦੀ ਜੀਆਂ ਕਹਿਣ 'ਚ ਅਸੀਂ ਮਾਣ ਮਹਿਸੂਸ ਕਰਦੇ ਹਾਂ। ਇਹ 3 ਅਪ੍ਰੈਲ ਤੋਂ ਸ਼ੁਰੂ ਹੋਈ ਸੀ ਕੈਨੇਡਾ ਦੀ ਧਰਤੀ ਸਰੀ ਤੋਂ, ਅਤੇ ਅੱਜ ਇੱਥੇ ਆ ਰਹੀ ਆ, ਅਤੇ ਕੱਲ੍ਹ ਨੂੰ ਖਡੂਰ ਸਾਹਿਬ ਤੋਂ ਇਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ 'ਚ ਪਾਲਕੀ ਸਾਹਿਬ ਦੇ ਨਾਲ ਇਹ ਨਗਰ ਕੀਰਤਨ ਜਿਹੜਾ ਵਾ ਸੁਲਤਾਨਪੁਰ ਲੋਧੀ ਦੀ ਧਰਤੀ 'ਤੇ ਪਹੁੰਚ ਕੇ ਸੰਪੂਰਨ ਹੋਏਗਾ। ਉੱਥੇ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਉਹਨਾਂ ਨੂੰ ਪੂਰਾ ਮਾਣ ਸਤਿਕਾਰ ਦਿੱਤਾ ਜਾਏਗਾ। ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ 'ਚ ਦਰਸ਼ਨ ਇਸ਼ਨਾਨ ਕਰਨ ਤੋਂ ਉਪਰੰਤ ਇਹਨਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ, ਮਾਨਯੋਗ ਪ੍ਰਧਾਨ ਸਾਹਿਬ ਵੱਲੋਂ ਇਹਨਾਂ ਦਾ ਮਾਣ ਸਨਮਾਨ ਅਸੀਂ ਕਰਾਂਗੇ ਇਨਫੋਰਮੇਸ਼ਨ ਆਫਿਸ ਦੇ ਵਿੱਚ। ਅਤੇ ਅਸੀਂ ਖੁਸ਼ੀ ਮਹਿਸੂਸ ਕਰਦੇ ਹਾਂ ਕਿਉਂਕਿ ਇਹ ਸਾਡੇ ਨੌਜਵਾਨ ਵੀਰ ਜਿਹੜੇ ਨੇ, ਇਹਨਾਂ ਨੇ ਬੜੀ ਲੰਬੀ ਘਾਲਣਾ ਘਾਲ ਕੇ ਸਿੱਖੀ ਦੇ ਪ੍ਰਚਾਰ ਪ੍ਰਸਾਰ ਵਾਸਤੇ, ਮਨੁੱਖਤਾ ਦੇ ਭਲੇ ਲਈ ਇਹ ਵਿਸ਼ਵ ਯਾਤਰਾ ਕੀਤੀ ਹੈ। ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਜਿਹੜਾ ਸਟੇਟ ਹੈ, ਉੱਥੋਂ ਦੇ ਸਰੀ ਸ਼ਹਿਰ ਹੈ ਜਿੱਥੇ ਸਿੱਖਾਂ ਦੀ ਬੜੀ ਵੱਡੀ ਆਬਾਦੀ ਹੈ। ਉੱਥੋਂ 6 ਸਿੱਖ ਨੌਜਵਾਨ ਮੋਟਰਸਾਈਕਲਿਸਟ ਜਿਹੜੇ ਆ, ਉਹ ਸਤਿਗੁਰੂ ਨਾਨਕ ਦੇਵ ਪਾਤਸ਼ਾਹ ਦੇ 550 ਸਾਲਾ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਭਾਵਨਾ ਦੇ ਨਾਲ ਅੱਜ ਤੋਂ ਤਕਰੀਬਨ 40-42 ਦਿਨ ਪਹਿਲਾਂ ਇਹ ਚੱਲੇ ਆ ਉੱਥੋਂ 22 ਰੋਡ, ਔਰ ਅੱਜ 22 ਕੰਟਰੀਆਂ ਦਾ ਘੱਟੋ ਘੱਟ ਟੂਰ ਲਾਉਂਦਿਆਂ ਹੋਇਆਂ, ਉਹਨਾਂ ਜਿਹੜੇ ਰਸਤੇ ਵਿੱਚ ਕੰਟਰੀ ਆਏ ਆ, 22 ਕੰਟਰੀਆਂ ਦੇ ਰਾਹੀਂ ਹੁੰਦੇ ਹੋਏ ਅੱਜ ਪਾਕਿਸਤਾਨ ਦੇ ਰਾਹੀਂ ਇੰਡੀਆ ਵਿੱਚ ਦਾਖਲ ਹੋ ਰਹੇ ਆ। ਔਰ ਉਹਨਾਂ ਦੇ ਸਤਿਕਾਰ ਮਾਣ ਵਾਸਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸਤਿਕਾਰਯੋਗ ਬਾਬਾ ਸੇਵਾ ਸਿੰਘ ਕਾਰ ਸੇਵਾ ਵਾਲੇ ਮਹਾਂਪੁਰਸ਼, ਉਹਨਾਂ ਦੇ ਸਿੰਘ ਔਰ ਹੋਰ ਜਿਹੜੀ ਆ ਸਿੱਖ ਸੰਗਤ ਆ, ਉਹਨਾਂ ਦੇ ਸਤਿਕਾਰ ਮਾਣ ਵਾਸਤੇ ਜਿਹੜੀ ਇੱਥੇ ਉਚੇਚੇ ਤੌਰ 'ਤੇ ਅੱਜ ਅਟਾਰੀ ਬਾਰਡਰ 'ਤੇ ਪਹੁੰਚੀ, ਵਾਹਗਾ ਬਾਰਡਰ 'ਤੇ। ਔਰ ਅੱਜ ਇਹਨਾਂ ਨੇ ਉਹਨਾਂ ਦੇ ਜਿਸ ਤਰ੍ਹਾਂ ਪ੍ਰੋਗਰਾਮ ਪਤਾ ਲੱਗਾ ਕਿ ਅੱਜ ਉਹਨਾਂ ਨੇ ਸ਼ਾਮ ਨੂੰ ਦਰਬਾਰ ਸਾਹਿਬ ਮੱਥਾ ਟੇਕਣ ਤੋਂ ਬਾਅਦ ਖਡੂਰ ਸਾਹਿਬ ਜਾ ਕੇ ਰਾਤ ਵਿਸ਼ਰਾਮ ਕਰਨਾ, ਔਰ ਸਵੇਰੇ ਉੱਥੋਂ ਬਾਬਾ ਸੇਵਾ ਸਿੰਘ ਜੀ
ਜੋ ਉਦੋਂ ਪਰਾਲੇ ਦਾ ਸਦਕਾ ਉੱਥੋਂ ਲੋਕਲ ਸੰਗਤਾਂ ਦੇ ਨਾਲ ਤਕਰੀਬਨ 550 ਜਿਹੜਾ ਮੋਟਰਸਾਈਕਲਿਸਟ ਆ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਤਸ਼ਾਹ ਦੇ ਰਹਿਣਮਈ ਥੱਲੇ ਸੁਲਤਾਨਪੁਰ ਲੋਧੀ ਵਾਸਤੇ ਸਵੇਰੇ ਰਵਾਨਾ ਹੋਏਗਾ 9 ਵਜੇ ਔਰ ਤਕਰੀਬਨ ਬਾਅਦ ਦੁਪਹਿਰ ਸੁਲਤਾਨਪੁਰ ਲੋਧੀ ਪਹੁੰਚੇਗਾ ਔਰ ਉੱਥੇ ਇਹਨਾਂ ਦੇ ਸਤਿਕਾਰ ਮਨਾਉਣ ਵਾਸਤੇ ਸਮੁੱਚੀ ਸਿੱਖ ਸੰਗਤ ਜਿਹੜੀ ਬੜੇ ਉਤਸ਼ਾਹ ਵਿੱਚ ਹੈ ਉੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਹਨਾਂ ਦੇ ਸਤਿਕਾਰ ਮਾਣ ਲਈ ਬੜਾ ਵੱਡਾ ਜਿਹੜਾ ਪ੍ਰਬੰਧ ਕੀਤੇ ਗਏ ਆ ਔਰ ਇਹਨਾਂ ਨੂੰ ਜੀਆਂ ਕਿਹਾ ਜਾਊਗਾ ਇਹਨਾਂ ਦਾ ਮਾਣ ਸਨਮਾਨ ਕੀਤਾ ਜਾਵੇਗਾ ਕਿਉਂਕਿ ਇਹਨਾਂ ਦੇ ਇਸ ਛੋਟੇ ਜਿਹੇ ਉੱਦਮ ਦੇ ਨਾਲ ਬਹੁਤ ਵੱਡਾ ਜਿਹੜਾ ਉਤਸ਼ਾਹ ਸਿੱਖ ਨੌਜਵਾਨਾਂ ਦੇ ਵਿੱਚ ਪੈਦਾ ਹੋਇਆ ਔਰ ਇਹ ਇੱਕ ਯੂਨੀਕ ਜਿਹੜੀ ਇਹਨਾਂ ਨੇ ਹਿਸਟੋਰਿਕ ਇਹ ਕਦਮ ਚੁੱਕਿਆ ਮੇਰੇ ਖਿਆਲ ਕਿ ਅੱਜ ਤੱਕ ਸਾਡੀ ਜ਼ਿੰਦਗੀ 'ਚ ਪਹਿਲਾਂ ਹੀ ਹੈ ਕਿ ਐਡਾ ਲੰਮਾ ਟੂਰ ਲਾ ਕੇ ਕਨੇਡਾ ਵਰਗੀ ਧਰਤੀ ਦੇ ਉੱਤੋਂ ਇੱਥੇ ਇੰਡੀਆ ਵਿੱਚ ਆਉਣਾ ਬਾਈ ਰੋਡ ਆਉਣਾ ਅਤੇ ਬੜੀ ਵੱਡੀ ਗੱਲ ਹੈ ਔਰ ਸਮਰਪਣ ਭਾਵਨਾ ਹੈ ਕਿ ਗੁਰੂ ਸਾਹਿਬ ਦੇ ਜਿਹੜੇ ਸ਼ਤਾਬਦੀ ਜਿਹੜੀ ਪ੍ਰਕਾਸ਼ ਗੁਰਪੁਰਬ ਦੀ ਉਹਨੂੰ ਸਮਰਪਿਤ ਹੁੰਦਿਆਂ ਆਇਆ ਆ ਔਰ ਅਸੀਂ ਆਪਣੇ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਮੂਹ ਮੈਂਬਰ ਸਾਹਿਬਾਨਾਂ ਵੱਲੋਂ ਸਮੁੱਚੇ ਸਟਾਫ ਵੱਲੋਂ ਔਰ ਸਮੁੱਚੀਆਂ ਸਿੱਖ ਸੰਗਤਾਂ ਜਿਹੜੀਆਂ ਨੇ ਉਹਨਾਂ ਵੱਲੋਂ ਇਹਨਾਂ ਨੂੰ ਜਿੱਥੇ ਹਾਰਦਿਕ ਜੀਆਂ ਕਹਿੰਦੇ ਹਾਂ ਉੱਥੇ ਇਹਨਾਂ ਦਾ ਧੰਨਵਾਦ ਕਰਦੇ ਹਾਂ ਔਰ ਅਰਦਾਸ ਕਰਦੇ ਹਾਂ ਸਤਿਗੁਰ ਸੱਚੇ ਪਾਤਸ਼ਾਹ ਦੇ ਚਰਨਾਂ ਕਿ ਇਸੇ ਤਰ੍ਹਾਂ ਇਹਨਾਂ ਨੌਜਵਾਨਾਂ ਨੂੰ ਆਪਣੇ ਚਰਨਾਂ ਨੂੰ ਜੋੜ ਕੇ ਰੱਖੇ ਆਪਣੇ ਦੌਰੋਂ ਘਰੋਂ ਖੁਸ਼ੀਆਂ ਜਿਹੜੀਆਂ ਦਿੰਦੇ ਵਾਹਿਗੁਰੂ ਜੀ ਕੀ ਫਤਿਹ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦਾ ਕੋਟਨ ਕੋਟਾਨ ਸ਼ੁਕਰਾਨਾ ਜਿਨ੍ਹਾਂ ਦੀ 550 ਸਾਲਾਂ ਜੋ ਸ਼ਤਾਬਦੀ ਸਿੱਖ ਕੌਮ ਮਨਾ ਰਹੀ ਆ ਜੇ ਇਸ ਨੂੰ ਇਉਂ ਕਿਹਾ ਜਾਵੇ ਕਿ ਗੁਰੂ ਨਾਨਕ ਸਾਹਿਬ ਨੇ ਬਖਸ਼ਿਸ਼ ਕਰਕੇ ਸਿੱਖਾਂ ਦੀ ਇੱਕ ਨਵੀਂ ਹਿਸਟਰੀ ਬਣੀ ਆ ਨਵਾਂ ਇਤਿਹਾਸ ਅੱਜ ਸਿਰਜਿਆ ਗਿਆ ਕਿ ਪਹਿਲੀ ਵਾਰੀ ਇਹ ਹੋਇਆ ਕਿ ਕੈਨੇਡਾ ਦੀ ਧਰਤੀ ਤੋਂ ਕੋਈ ਚੇਤਨਾ ਮਾਰਚ ਬਾਈ ਰੋਡ ਇੱਥੇ ਤੱਕ ਉਹ ਵੀ ਮੋਟਰਸਾਈਕਲਾਂ ਦੀ ਰਾਈਡ ਕਰਕੇ ਇੱਥੇ ਪਹੁੰਚਿਆ ਪੰਜਾਬ ਦੀ ਧਰਤੀ 'ਤੇ ਔਰ ਕੱਲ੍ਹ ਨੂੰ ਜਿੱਥੇ ਸਾਰੀ ਸਿੱਖ ਕੌਮ ਚੇਤਨਾ ਮਾਰਚ ਲਿਜਾ ਕੇ ਸ਼ਤਾਬਦੀ ਮਨਾ ਰਹੀ ਆ ਉੱਥੇ ਇਹ ਚੇਤਨਾ ਮਾਰਚ ਕੱਲ੍ਹ ਨੂੰ ਜਾ ਕੇ ਸਮਾਪਤ ਹੋਣਾ ਸੰਪੂਰਨ ਹੋਣਾ ਔਰ ਇਹ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਦਾ ਕੋਟਨ ਕੋਟ ਸ਼ੁਕਰਾਨਾ ਹੈ ਔਰ ਸੰਗਤ ਦੀ ਅਰਦਾਸ ਆ ਜਿਹੜੀ ਉਸ ਧਰਤੀ ਤੋਂ ਸੰਗਤ ਨੇ ਸੰਗਤ ਰੂਪ ਦੇ ਵਿੱਚ ਅਰਦਾਸ ਕਰਕੇ ਨਗਰ ਕੀਰਤਨ ਦੇ ਰੂਪ ਦੇ ਵਿੱਚ ਉੱਥੋਂ ਵਧਾਈ ਦਿੱਤੀ ਸੀ ਅਤੇ ਇੱਥੇ ਦੀਆਂ ਸੰਗਤਾਂ ਦਾ ਵੀ ਬਹੁਤ ਬਹੁਤ ਧੰਨਵਾਦ ਆ ਇੱਥੇ ਵੀ ਜਦੋਂ ਪਹੁੰਚੇ ਆ ਤਾਂ ਨਗਰ ਕੀਰਤਨ ਦੇ ਰੂਪ ਦੇ ਵਿੱਚ ਹੀ ਉਹਨਾਂ ਨੂੰ ਸਨਮਾਨ ਕੀਤਾ ਗਿਆ ਔਰ ਕੱਲ੍ਹ ਨੂੰ ਨਗਰ ਕੀਰਤਨ ਦੇ ਰੂਪ ਦੇ ਵਿੱਚ ਹੀ ਇਹ ਜਿਹੜਾ ਚੇਤਨਾ ਮਾਰਚ ਸੁਲਤਾਨਪੁਰ ਪਹੁੰਚੂਗਾ ਔਰ ਜਿੱਥੇ ਸਤਿਗੁਰੂ ਜੀ ਦਾ ਸ਼ੁਕਰਾਨਾ ਵਾ ਮੋਟਰਸਾਈਕਲ ਜਿਨ੍ਹਾਂ ਨੇ 6 ਸਿੰਘ ਆਏ ਆ ਉਹਨਾਂ ਦੇ ਬਹੁਤ ਅੱਜ ਵਧਾਈ ਦਾ ਦਿਨ ਵਾ ਔਰ ਉੱਥੇ ਨਾਲ ਨਾਲ ਅਸੀਂ ਕੈਨੇਡਾ ਦੀਆਂ ਸੰਗਤਾਂ ਵੱਲੋਂ ਇੱਥੋਂ ਦੀ ਸਾਰੀ ਸੰਗਤ ਦਾ ਬਾਬਾ ਜੀ ਦਾ ਖਰੂਰ ਸਾਹਿਬ ਤੋਂ ਔਰ ਜਿੰਨੇ ਹੋਰ ਸੰਗਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਨ੍ਹਾਂ ਨੇ ਬਹੁਤ ਵੱਡਾ ਸਨਮਾਨ ਕੀਤਾ ਔਰ ਜਿੰਨੀਆਂ ਹੋਰ ਸੰਗਤਾਂ ਜੰਮੂ ਤੱਕ ਤੋਂ ਮੋਟਰਸਾਈਕਲ ਕਲੱਬਾਂ ਜਿਹੜੀਆਂ ਇੱਥੇ ਪਹੁੰਚੀਆਂ ਨੇ ਕੈਨੇਡਾ ਦੀਆਂ ਸੰਗਤਾਂ ਵੱਲੋਂ ਅਸੀਂ ਵਿਸ਼ੇਸ਼ ਤੌਰ 'ਤੇ ਉਹਨਾਂ ਸਾਰੀਆਂ ਸੰਗਤਾਂ ਦਾ ਧੰਨਵਾਦ ਕਰਨਾ ਚਾਹੁੰਦੇ ਹਾਂ ਜਿਨ੍ਹਾਂ ਨੇ ਇੰਨਾ ਸਨਮਾਨ ਦਿੱਤਾ ਔਰ ਜਿਹੜੀ ਉੱਥੋਂ ਇਹ ਚੇਤਨਾ ਮਾਰਚ ਚੱਲਿਆ ਉਹਨੂੰ ਜੀ ਆ ਕਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਮਨਪ੍ਰੀਤ ਸਿੰਘ ਆਪਣੇ ਸਮੂਹ ਰਾਈਡਰ ਪਰਿਵਾਰ ਨਾਲ ਅੰਮ੍ਰਿਤਸਰ ਰਾਈਡਰ ਅੰਮ੍ਰਿਤਸਰ ਤੋਂ ਹੀ ਹਾਂ ਅਸੀਂ ਸਾਰੇ ਜਾਣੇ ਅਤੇ ਅਸੀਂ ਬੜੀ ਬੇਸਬਰੀ ਨਾਲ ਸਵੇਰ ਤੋਂ ਇੰਤਜ਼ਾਰ ਕਰ ਰਹੇ ਹਾਂ ਆਪਣੇ ਰਾਈਡਰ ਭਰਾਵਾਂ ਦਾ ਜੋ ਗੁਰਸਿੱਖ ਵੀਰ ਕੈਨੇਡਾ ਤੋਂ ਚੱਲ ਕੇ ਆਪਣੀ ਇੰਡੀਆ ਦੀ ਧਰਤੀ 'ਤੇ ਪਹੁੰਚ ਚੁੱਕੇ ਨੇ ਅਤੇ ਉਹ ਇੱਕ ਪ੍ਰਮੋਸ਼ਨ ਵਾਸਤੇ ਨਿਕਲੇ ਹੋਏ ਨੇ ਦਸਤਾਰ ਦੀ ਪ੍ਰਮੋਸ਼ਨ ਕਰ ਰਹੇ ਨੇ ਤਕਰੀਬਨ 22 ਕੰਟਰੀਜ਼ ਪਾਸ ਆਊਟ ਕਰਕੇ ਉਹ ਇੰਡੀਆ ਪਹੁੰਚੇ ਨੇ ਅਤੇ ਕੁਛ ਹੀ ਪਲਾਂ ਦੇ ਵਿੱਚ ਉਹਨਾਂ ਨਾਲ ਮੁਲਾਕਾਤ ਹੋਏਗੀ ਬੜੀ ਬੇਸਬਰੀ ਨਾਲ ਇੰਤਜ਼ਾਰ ਹੈ ਵੀਰਾਂ ਦਾ ਅਤੇ ਬਾਕੀ ਸਭ ਚੜ੍ਹਦੀ ਗੱਲਾਂ 'ਚ ਸਤਿੰਦਰ ਸਿੰਘ ਸਿੱਖ ਮੋਟਰਸਾਈਕਲ ਕਲੱਬ ਕੈਨੇਡਾ ਤੋਂ ਅਸੀਂ ਲਗਭਗ 20 ਮੁਲਕਾਂ ਦਾ ਦੌਰਾ ਕਰਨ ਦਾ ਪ੍ਰੋਗਰਾਮ ਬਣਾਇਆ ਸੀ ਆਪਣੇ ਵੱਲੋਂ ਪਰ ਰਸਤੇ ਵਿੱਚ 2 ਹੋਰ ਮੁਲਕ ਐਡ ਕਰਕੇ ਅਸੀਂ 22 ਮੁਲਕਾਂ ਦਾ ਦੌਰਾ ਕੀਤਾ ਜੀ ਜਿਹਦੇ ਵਿੱਚ ਸਾਡਾ ਮੁੱਖ ਮਕਸਦ ਸੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੋ ਕਿ ਸਿੱਖ ਧਰਮ ਦੇ ਬਾਨੀ ਨੇ
ਉਹਨਾਂ ਦਾ ਇਸ ਸਾਲ 550 ਸਾਲਾ ਪ੍ਰਕਾਸ਼ ਦਿਹਾੜਾ ਸਾਰੀ ਦੁਨੀਆ ਦੇ ਵਿੱਚ ਮਨਾਇਆ ਜਾ ਰਿਹਾ। ਅਸੀਂ ਨਾ ਚੀਜ਼ ਸਾਡੇ ਵਿੱਚ ਕੋਈ ਇੰਨੀ ਤਾਕਤ ਨਹੀਂ ਕਿ ਅਸੀਂ ਕੋਈ ਕਾਰਜ ਕਰ ਸਕੀਏ, ਪਰ ਗੁਰੂ ਸਾਹਿਬ ਨੇ ਸਾਡੇ ਕੋਲ ਨਿਮਾਣਾ ਜਿਹਾ ਯਤਨ ਕਰਵਾਇਆ, ਸਾਡੇ ਸਿਰ 'ਤੇ ਮੇਰਾ ਭਰਿਆ ਹੱਥ ਰੱਖਿਆ ਕਿ ਸਾਨੂੰ ਇਹ ਸੇਵਾ ਬਖਸ਼ੀ ਕਿ ਅਸੀਂ ਇੱਕ ਵਿਲੱਖਣ ਤਰੀਕੇ ਦੇ ਨਾਲ ਮੋਟਰਸਾਈਕਲ ਯਾਤਰਾ ਕਰਦੇ ਹੋਏ ਦੁਨੀਆ ਦੇ ਵੱਖਰੇ ਵੱਖਰੇ ਮੁਲਕਾਂ ਵਿੱਚੋਂ, ਈਵਨ ਕਿ ਨਨਕਾਣਾ ਸਾਹਿਬ ਜੋ ਕਿ ਸਿੱਖੀ ਦਾ ਧੁਰਾ ਹੈ ਜਿੱਥੇ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਪ੍ਰਕਾਸ਼ ਹੋਇਆ, ਸਾਨੂੰ ਆਪਣੀ ਜ਼ਿੰਦਗੀ ਵਿੱਚ ਉੱਥੇ ਜਾਣ ਦਾ ਸੁਭਾਗ ਮਿਲਿਆ। ਉਸ ਤੋਂ ਬਾਅਦ ਅੱਜ ਅਸੀਂ ਗੁਰੂਆਂ ਪੀਰਾਂ ਦੀ ਆਪਣੀ ਧਰਤੀ ਸਾਡੀ ਜਨਮ ਭੂਮੀ ਪੰਜਾਬ ਦੇ ਵਿੱਚ ਪਹੁੰਚੇ ਹਾਂ ਅਤੇ ਹੁਣ ਇਸ ਤੋਂ ਬਾਅਦ ਅਸੀਂ ਹਰਿਮੰਦਰ ਸਾਹਿਬ ਸ਼੍ਰੀ ਅੰਮ੍ਰਿਤਸਰ ਦਰਬਾਰ ਸਾਹਿਬ ਵਿਖੇ ਨਤਮਸਤਕ ਸਿੱਖੀ ਦਾ ਜੋ ਗੁਰੂ ਨਾਨਕ ਸਾਹਿਬ ਨੇ ਸਾਨੂੰ ਸੰਦੇਸ਼ ਬਖਸ਼ਿਆ ਜੀ, ਉਸਦੀ ਅਸੀਂ ਜਿੰਨੀ ਮਰਜ਼ੀ ਵਿਆਖਿਆ ਕਰ ਲਈਏ, ਜਿੰਨਾ ਮਰਜ਼ੀ ਵਿਸਥਾਰ ਕਰ ਲਈਏ, ਪਰ ਜੋ ਸਾਨੂੰ ਸਿੱਖ ਹੋਣ ਦੇ ਨਾਤੇ ਗੁਰੂ ਸਾਹਿਬ ਨੇ ਤਿੰਨ ਮੁੱਖ ਉਪਦੇਸ਼ ਦਿੱਤੇ ਨੇ ਸਿੱਖੀ ਦੇ, ਜੋ ਪਿਲਰ ਕਹਿ ਸਕਦੇ ਹਾਂ, ਕਿਰਤ ਕਰੋ, ਨਾਮ ਜਪੋ, ਵੰਡ ਛਕੋ, ਅਸੀਂ ਉਹਦਾ ਸੰਦੇਸ਼ ਦਿੰਦੇ ਆਏ ਹਾਂ ਜੀ। ਮੁਹੱਬਤ ਦੀ ਗੱਲ ਕੀਤੀ ਹੈ ਦੁਨੀਆ ਦੇ ਕੋਨੇ ਕੋਨੇ ਵਿੱਚ, ਅਸੀਂ ਅੰਮ੍ਰਿਤ ਦੀ ਗੱਲ ਕੀਤੀ ਹੈ ਜੀ, ਜੋ ਕਿ ਸਾਨੂੰ ਗੁਰੂ ਨਾਨਕ ਮਹਾਰਾਜ ਨੇ ਅਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਉਪਦੇਸ਼ ਬਖਸ਼ਿਆ, ਮਾਨਸ ਕੀ ਜਾਤ ਸਭੇ ਇੱਕ ਹੈ ਪਹਿਚਾਨਵੋ, ਜੋ ਕਿ ਖਾਲਸਾ ਏਡ ਦਾ ਮੁੱਖ ਮੋਟਿਵ ਵੀ ਹੈ, ਅਸੀਂ ਉਹਨੂੰ ਆਪਣੇ ਨਾਲ ਲੈ ਕੇ ਚੱਲੇ ਹਾਂ ਅਤੇ ਜਿੱਥੇ ਵੀ ਸਾਨੂੰ ਸਮਾਂ ਬਣਿਆ, ਜਿੱਥੇ ਵੀ ਮੌਕਾ ਬਣਿਆ, ਅਸੀਂ ਆਪਣੇ ਵੱਲੋਂ ਕੋਸ਼ਿਸ਼ ਕਰਕੇ ਉਹਦਾ ਪ੍ਰਚਾਰ ਕਰਨ ਦਾ ਉਪਰਾਲਾ ਕੀਤਾ। ਪਾਕਿਸਤਾਨ 'ਚ ਕੋਈ ਮੁਸ਼ਕਲ ਨਹੀਂ ਆਈ? ਨਹੀਂ ਜੀ, ਬਿਲਕੁਲ ਨਹੀਂ। ਪਾਕਿਸਤਾਨ ਵਿੱਚ ਜਿਸ ਦਿਨ ਤੋਂ ਦਾਖਲ ਹੋਏ ਹਾਂ, ਇੰਨਾ ਸਤਿਕਾਰ, ਇੰਨਾ ਮਾਣ ਸਾਨੂੰ ਮਿਲਿਆ ਜੀ। ਸਰਦਾਰ ਜੀ ਤੋਂ ਬਿਨਾਂ ਸਾਨੂੰ ਕਿਸੇ ਨੇ ਬੁਲਾਇਆ ਨਹੀਂ, ਸਾਨੂੰ ਉਹਨਾਂ ਨੇ ਆਪਣੇ ਮਹਿਮਾਨ ਸਮਝਿਆ। ਪਾਕਿਸਤਾਨ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ, ਉੱਥੋਂ ਦੀ ਗਵਰਨਮੈਂਟ ਵੱਲੋਂ, ਡਿਪਾਰਟਮੈਂਟਸ ਵੱਲੋਂ ਸਾਨੂੰ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਸਾਡੇ ਰਹਿਣ ਦਾ, ਸਾਡੀ ਸਿਕਿਉਰਿਟੀ ਦਾ ਇੰਤਜ਼ਾਮ ਕੀਤਾ ਗਿਆ, ਉਹਨਾਂ ਦੇ ਵੀ ਅਸੀਂ ਬਹੁਤ ਸ਼ੁਕਰਗੁਜ਼ਾਰ। ਕਿੰਨੇ ਦਿਨ ਦਾ ਵੀਜ਼ਾ ਜੀ? ਬਾਬਾ ਜੀ ਫਤਿਹ ਕਰ ਦਿਓ ਪਲੀਜ਼। ਕਿੱਥੋਂ ਦਾ? ਹਾਂਜੀ, ਸਾਡੀਆਂ 22 ਕੰਟਰੀ ਟੋਟਲ ਵਰਲਡ ਟੂਰ ਦੇ ਦੌਰਾਨ ਤੈਅ ਕਰਕੇ ਆਏ। ਠੀਕ ਹੈ ਜੀ, ਵਾਹਿਗੁਰੂ ਜੀ ਕਾ ਖਾਲਸਾ।